ਜ਼ਿਲ੍ਹਾ ਫਾਜ਼ਿਲਕਾ 'ਚ ਪਿਛਲੇ ਦਿਨੀਂ ਜਲਾਲਾਬਾਦ ਦੇ ਸ਼ਹੀਦ ਊਧਮ ਸਿੰਘ ਚੌਂਕ ਦੇ ਕੋਲ ਰੋਪੀਆਂ ਵੱਲੋਂ ਇੱਕ ਕਾਰੋਬਾਰੀ ਤੋਂ ਪਿਸਤੌਲ ਦੀ ਨੋਕ 'ਤੇ ਇੱਕ ਇਨੋਵਾ ਗੱਡੀ ਖੋਹਣ ਦੇ ਮਾਮਲੇ 'ਚ ਜ਼ਿਲ੍ਹਾ ਜਲਾਲਾਬਾਦ ਦੇ ਜ਼ਿਲ੍ਹੇ ਦੇ SPD ਮੁਖਤਿਆਰ ਸਿੰਘ ਵੱਲੋਂ ਪੱਤਰਕਾਰ ਵਾਰਤਾ ਕਰ ਉਹਨਾਂ ਨੂੰ ਫੜਨ ਦਾ ਦਾਅਵਾ ਕੀਤਾ ਗਿਆ ਹੈ। ਇਹ ਆਰੋਪੀ ਪੰਜਾਬ ਤੋਂ ਇਲਾਵਾ ਰਾਜਸਥਾਨ 'ਚ ਵੀ ਅਪਰਾਧਿਕ ਘਟਨਾਵਾਂ ਨੂੰ ਅੰਜਾਮ ਦਿੰਦੇ ਸਨ। ਵੈਪਨ ਜਿਹੜਾ ਇਹਨਾਂ ਦੇ ਪਹਿਲਾਂ ਤੋਂ ਗਨ ਪੁਆਇੰਟ 'ਤੇ ਕਾਰ ਖੋਲੀ ਸੀਗੀ ਉਹ ਅਸੀਂ ਮਤਲਬ ਬਰਾਮਦ ਕਰ ਲਿਆ 315 ਬੋਲ ਸਰ, ਉਹਦੇ ਨਾਲ 4 ਕਾਰਟਿਸ ਅਤੇ 1 ਐਮਟੀ ਕਾਰਟਿਸ। ਕੁਛ ਕੈਸ਼ ਵਗੈਰਾ ਵੀ ਬਰਾਮਦ ਹੋਈ ਹੈ ਜੀ? ਕੈਸ਼ ਵਗੈਰਾ ਵੀ ਬਰਾਮਦ ਹੋਇਆ? ਨਹੀਂ, ਕੈਸ਼ ਇਹਨਾਂ ਤੋਂ ਨਹੀਂ ਬਰਾਮਦ ਹੋਇਆ। ਕੈਸ਼ ਤੋਂ ਪਹਿਲਾਂ ਜਿਹੜੇ ਜਿੰਨੇ ਮੁਕੱਦਮੇ ਇਹਨਾਂ ਦੇ ਦਰਜ ਹੋਏ ਸੀ ਉਹ ਪਹਿਲਾਂ ਹੀ ਕੈਸ਼ ਇਹਨਾਂ ਤੋਂ ਬਰਾਮਦ ਹੋ ਗਿਆ ਸੀ, ਸੋਲਵ ਹੋ ਗਏ ਸੀ। ਇਹਦੇ ਨੌਜਵਾਨ ਜਿਹੜੇ ਹੈ ਮੁਕਤਸਰ ਦੇ ਰਹਿਣ ਵਾਲੇ ਆ, ਇਹਨਾਂ ਦੋਨਾਂ ਨੇ ਗਨ ਪੁਆਇੰਟ 'ਤੇ ਅਵਤਾਰ ਸਿੰਘ ਨੇ ਮਤਲਬ ਹਵਾਈ ਫਾਇਰ ਵੀ ਕੀਤਾ ਅਤੇ ਫੋਰਸੇਬਲ ਹੀ ਗੱਡੀ ਲੈ ਗਏ ਹੋ ਗਏ। ਇਸ ਤੋਂ ਬਾਅਦ ਇਹ ਇਹਨਾਂ ਦੇ ਜੋ ਪੁਰਾਣਾ ਰਿਕਾਰਡ ਅਸੀਂ ਫਰੋਲਿਆ ਅਤੇ ਪੁਰਾਣੇ ਰਿਕਾਰਡ ਤੋਂ ਵੀ ਇਹਨਾਂ ਦੇ ਖਿਲਾਫ ਮਤਲਬ 7 ਮੁਕੱਦਮੇ ਦਰਜ ਹੋਏ ਆ, ਜਿਨ੍ਹਾਂ ਵਿੱਚੋਂ ਅਮਰਜੀਤ ਸਿੰਘ ਹੁਣੇ ਅਸੀਂ ਤੁਹਾਡੇ ਪੇਸ਼ ਕਰ ਰਹੇ ਹਾਂ। ਅਮਰਜੀਤ ਸਿੰਘ ਜਿਹੜਾ ਇੱਕ ਗੁਰੂ ਹਰ ਸਾਹਿਬ ਥਾਣੇ ਦਾ 399-402 ਦਾ ਅਦਾਲਤ ਵੱਲੋਂ PO ਡਿਕਲੇਅਰ ਵੀ ਹੈਗਾ। ਸੋ ਇਹ ਬੜੇ ਇਹਨਾਂ ਦੇ ਖਿਲਾਫ ਹੀਨਸ ਕ੍ਰਾਈਮ ਹੈ। ਮਤਲਬ ਪੰਜਾਬ ਸ਼ਹਿਰ ਤੋਂ ਮੁਕਤਸਰ, ਗੁਰੂ ਫਿਰੋਜ਼ਪੁਰ ਅਤੇ ਮਤਲਬ ਗੰਗਾਨਗਰ, ਮੈਂ ਸਮਝਦਾ ਕਿ ਇੰਟਰਸਟੇਟ ਹੀ ਇਹ ਗਰੁੱਪ ਹੈ ਜਿਹੜੇ 6-7 ਨੌਜਵਾਨ ਮੁੰਡੇ ਜੋ ਇਸ ਕੰਮਾਂ 'ਚ ਲੱਗੇ ਆ। ਔਰ ਸਹੀ ਸਰਫੈਂਸ ਹੈਗੇ ਆ, ਕਿਤੋਂ 7 ਲੱਖ ਖੋਲਿਆ, ਕਿਤੇ 2 ਲੱਖ ਖੋਲਿਆ, ਵੱਡੇ ਵੱਡੇ ਗੱਡੀ ਖੋਲੀ, ਈਵਨ NDPS ਦੇ ਮੁਕੱਦਮੇ ਵੀ ਇਹਨਾਂ ਦੇ ਖਿਲਾਫ ਦਰਜ ਨੇ। ਤੋ ਹੁਣ ਵੀ ਜਿਹੜੇ ਇਹਨਾਂ ਦੇ ਮੁਕੱਦਮੇ 7 ਮੁਕੱਦਮੇ ਇਹਨਾਂ ਦੇ ਅਦਾਲਤ ਵਿੱਚ ਚੱਲ ਰਹੇ ਆ। ਇੱਕ ਉਹਨਾਂ ਦੇ ਵਿੱਚ ਅਦਾਲਤ ਵੱਲੋਂ PO ਡਿਕਲੇਅਰ ਹੋਇਆ ਵਾ, ਉਹ ਵੀ ਅਸੀਂ ਅਰੈਸਟ ਕੀਤਾ। ਫਾਜ਼ਿਲਕਾ ਤੋਂ ਕੈਮਰਾਮੈਨ ਸੁਰਿੰਦਰ ਦੇ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ, ਚੈਨਲ 2।